ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਇੱਕ ਵਾਰ ਫਿਰ ਚਰਚਾ 'ਚ ਨੇ ਅਤੇ ਇਸ ਦੇ ਦੋ ਕਾਰਨ ਨੇ। ਪਹਿਲਾ, ਹਾਲ ਹੀ ਵਿੱਚ T20 ਮੈਚਾਂ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣਨਾ, ਅਤੇ ਦੂਜਾ, ਚੰਗੇ ਪ੍ਰਦਰਸ਼ਨ ਦੇ ਬਾਵਜੂਦ ਵੀ ਏਸ਼ੀਆ ਕੱਪ ਲਈ ਸਿਲੈਕਟ ਨਾ ਹੋਣਾ। ਇਸ ਦੇ ਨਾਲ ਹੀ ਏਸ਼ੀਆ ਕੱਪ ਦੀ ਟੀਮ ਦਾ ਐਲਾਨ ਕਰਦੇ ਹੋਏ ਸਿਲੈਕਟਰ ਅਜੀਤ ਅਗਰਕਰ ਨੇ ਇਹ ਵੀ ਕਹਿ ਦਿੱਤਾ ਕਿ ਵਿਸ਼ਵ ਕੱਪ ਦੀ ਟੀਮ ਲਗਭਗ ਏਸ਼ੀਆ ਕੱਪ ਵਾਲੀ ਟੀਮ ਦੇ ਆਲੇ ਦੁਆਲੇ ਹੀ ਹੋਵੇਗੀ। ਹੁਣ ਕ੍ਰਿਕਟ ਪ੍ਰਸ਼ੰਸਕਾਂ ਦੇ ਮਨਾਂ 'ਚ ਸਵਾਲ ਆ ਰਿਹਾ ਹੈ ਕਿ ਕੀ ਅਰਸ਼ਦੀਪ ਸਿੰਘ ਵਿਸ਼ਵ ਕੱਪ ਟੀਮ ਦਾ ਹਿੱਸਾ ਹੋਣਗੇ ਜਾਂ ਨਹੀਂ। ਖੈਰ, ਇਹ ਤਾਂ ਆਉਂਦੇ ਦਿਨਾਂ 'ਚ ਪਤਾ ਲੱਗ ਹੀ ਜਾਵੇਗਾ, ਪਰ ਇਸ ਤੋਂ ਵੀ ਪਹਿਲਾਂ ਆਓ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਟੀਮ 'ਚ ਹੋਣਾ ਚਾਹੀਦਾ ਹੈ ਜਾਂ ਨਹੀਂ। ਮਾਹਰ ਇਸ ਬਾਰੇ ਕੀ ਸੋਚਦੇ ਨੇ, ਆਓ 5 ਨੁਕਤਿਆਂ ਵਿੱਚ ਸਮਝਦੇ ਹਾਂ। ਨੰਬਰ 1, ਅਰਸ਼ਦੀਪ ਸਿੰਘ ਦੀ ਚੰਗੀ ਸ਼ੁਰੂਆਤ। ਅਰਸ਼ਦੀਪ ਸਿੰਘ ਦੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਉਹਨਾਂ ਨੇ 33 T20 ਅਤੇ 3 ਵਨਡੇ ਮੈਚ ਖੇਡੇ ਹਨ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਇਹਨਾਂ 3 ਵਨਡੇ ਮੈਚਾਂ ਵਿੱਚ ਕੁੱਲ 79 ਗੇਂਦਾਂ ਵਿੱਚ 99 ਦੌੜਾਂ ਦਿੱਤੀਆਂ। ਹਾਲਾਂਕਿ ਇਹਨਾਂ ਮੈਚਾਂ ਵਿੱਚ ਉਹਨਾਂ ਦੇ ਖਾਤੇ ਕੋਈ ਵੀ ਵਿਕਟ ਦਰਜ ਨਹੀਂ ਹੈ। ਪਰ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਅਰਸ਼ਦੀਪ ਨੂੰ ਹੁਣ ਤੱਕ ਜ਼ਿਆਦਾ T20 ਹੀ ਖੇਡਣ ਦਾ ਮੌਕਾ ਮਿਲਿਆ ਹੈ ਅਤੇ ਵਨਡੇ ਵਿੱਚ ਉਹਨਾਂ ਨੂੰ ਆਪਣੀ ਖੇਡ ਪੂਰੀ ਤਰ੍ਹਾਂ ਦਿਖਾਉਣ ਦਾ ਮੌਕਾ ਮਿਲਿਆ ਹੀ ਨਹੀਂ। ਨੰਬਰ 2, ਖੱਬੇ ਹੱਥ ਦੇ ਚੰਗੇ ਗੇਂਦਬਾਜ਼। BBC ਪੰਜਾਬੀ ਨਾਲ ਗੱਲ ਕਰਦੇ ਹੋਏ ਸੀਨੀਅਰ ਖੇਡ ਪੱਤਰਕਾਰ ਸ਼ੇਖਰ ਲੂਥਰਾ ਕਹਿੰਦੇ ਨੇ ਕਿ ਜ਼ਹੀਰ ਖਾਨ ਅਤੇ ਆਸ਼ੀਸ਼ ਨਹਿਰਾ ਤੋਂ ਬਾਅਦ ਭਾਰਤ ਨੂੰ ਖੱਬੇ ਹੱਥ ਦੇ ਸਭ ਤੋਂ ਚੰਗੇ ਗੇਂਦਬਾਜ਼ ਅਰਸ਼ਦੀਪ ਹੀ ਮਿਲੇ ਹਨ ਅਤੇ ਉਹ ਕੋਈ ਮਾੜਾ ਪ੍ਰਦਰਸ਼ਨ ਵੀ ਨਹੀਂ ਕਰ ਰਹੇ। ਖੱਬੇ ਹੱਥ ਦਾ ਪੇਸਰ ਜਿਹੋ ਜਿਹਾ ਹੋਣਾ ਚਾਹੀਦਾ ਹੈ ਉਹ ਬਿਲਕੁਲ ਉਸੇ ਤਰ੍ਹਾਂ ਦੇ ਗੇਂਦਬਾਜ਼ ਹਨ, ਇਸ ਲਈ ਵਨਡੇ ਮੈਚਾਂ ਵਿੱਚ ਉਹਨਾਂ ਨੂੰ ਵਧੇਰੇ ਮੌਕੇ ਦੇਣ ਦੀ ਲੋੜ ਹੈ। ਨੰਬਰ 3, ਅਰਸ਼ਦੀਪ ਨੇ ਪਹਿਲੇ ਹੀ ਮੈਚ 'ਚ ਆਪਣੇ ਆਪ ਨੂੰ ਸਾਬਤ ਕੀਤਾ। ਆਪਣੀ ਗੱਲ ਅੱਗੇ ਤੋਰਦਿਆਂ ਸ਼ੇਖਰ ਲੂਥਰਾ ਕਹਿੰਦੇ ਨੇ, ਜਿਸ ਤਰ੍ਹਾਂ ਨਾਲ ਕ੍ਰਿਕਟ 'ਚ ਅਰਸ਼ਦੀਪ ਦੀ ਸ਼ੁਰੂਆਤ ਹੋਈ, ਮੈਨੂੰ ਨਹੀਂ ਲੱਗਦਾ ਕਿ ਅਜਿਹੀ ਕਿਸੇ ਹੋਰ ਦੀ ਹੋਈ ਹੋਣੀ। ਅਰਸ਼ਦੀਪ ਕਿਸੇ ਵੀ ਟੀਮ, ਕਿਸੇ ਵੀ ਕੋਚ ਅਤੇ ਕਿਸੇ ਵੀ ਕਪਤਾਨ ਲਈ ਇੱਕ ਡਿਲਾਈਟ ਹਨ। ਆਮ ਤੌਰ 'ਤੇ ਖੱਬੇ ਹੱਥ ਦੇ ਗੇਂਦਬਾਜ਼ ਗੇਂਦ ਨੂੰ ਖੱਬੇ ਪਾਸੇ ਬਾਹਰ ਵੱਲ ਕੱਢਦੇ ਹਨ, ਪਰ ਖੱਬੇ ਹੱਥ ਦਾ ਜਿਹੜਾ ਗੇਂਦਬਾਜ਼ ਗੇਂਦ ਅੰਦਰ ਨੂੰ ਮਾਰਦਾ ਹੈ ਉਹ ਇੱਕ ਵਿਸ਼ਵ ਪੱਧਰ ਦਾ ਗੇਂਦਬਾਜ਼ ਹੁੰਦਾ ਹੈ। ਇਹ ਵਸੀਮ ਅਕਰਮ, ਜ਼ਹੀਰ ਖਾਨ ਅਤੇ ਆਸ਼ੀਸ਼ ਨਹਿਰਾ ਨੇ ਕਰਕੇ ਦਿਖਾਇਆ ਹੈ, ਪਰ ਅਰਸ਼ ਨੇ ਤਾਂ ਇਹ ਆਪਣੇ ਪਹਿਲੇ ਮੈਚ 'ਚ ਹੀ ਕਰਕੇ ਦਿਖਾ ਦਿੱਤਾ ਸੀ। ਨੰਬਰ 4, ਪਹਿਲੇ 15 'ਚ ਉਹਨਾਂ ਦੀ ਥਾਂ ਬਣਦੀ ਹੈ। ਸ਼ੇਖਰ ਲੂਥਰਾ ਮੁਤਾਬਕ ਅਰਸ਼ਦੀਪ ਵਰਗੇ ਗੇਂਦਬਾਜ਼ ਨੂੰ ਪਹਿਲੇ 15 ਖਿਡਾਰੀਆਂ 'ਚ ਹੋਣਾ ਚਾਹੀਦਾ ਹੈ। ਉਹ ਕਹਿੰਦੇ ਨੇ ਕਿ ਅੱਜ ਦੀ ਰੈਂਕਿੰਗ ਦੇ ਹਿਸਾਬ ਨਾਲ ਵੀ ਵੇਖੀਏ ਤਾਂ ਭਾਰਤ ਕੋਲ ਵਨਡੇ ਅਤੇ ਟੈਸਟ ਲਈ ਮੁਹੰਮਦ ਸ਼ਮੀ ਤੋਂ ਬਾਅਦ ਸਭ ਤੋਂ ਚੰਗੇ ਗੇਂਦਬਾਜ਼ ਅਰਸ਼ਦੀਪ ਹੀ ਹਨ। ਜ਼ਹੀਰ ਖਾਨ ਅਤੇ ਆਸ਼ੀਸ਼ ਨਹਿਰਾ ਤੋਂ ਬਾਅਦ ਭਾਰਤੀ ਟੀਮ ਨੂੰ ਬਹੁਤ ਸਮੇਂ ਬਾਅਦ ਖੱਬੇ ਹੱਥ ਦਾ ਚੰਗਾ ਗੇਂਦਬਾਜ਼ ਮਿਲਿਆ ਹੈ। ਨੰਬਰ 5, ਸਿਰਫ ਸੱਜੇ ਹੱਥ ਦੇ ਗੇਂਦਬਾਜ਼ਾਂ ਨਾਲ ਵਿਸ਼ਵ ਕੱਪ ਜਿੱਤਣਾ ਸੌਖਾ ਨਹੀਂ। ਸ਼ੇਖਰ ਇਹ ਵੀ ਕਹਿੰਦੇ ਨੇ ਕਿ ਅਰਸ਼ਦੀਪ ਇੱਕ ਨੌਜਵਾਨ ਖਿਡਾਰੀ ਨੇ, ਚੰਗੀ ਪੇਸ ਕੱਢ ਰਹੇ ਨੇ, ਉਹਨਾਂ ਕੋਲ ਸਵਿੰਗ ਚੰਗੀ ਹੈ, ਉਹਨਾਂ ਦੀ ਬਾਹਰੀ ਸਵਿੰਗ ਅਤੇ ਅੰਦਰਲੀ ਸਵਿੰਗ ਜੋ ਖਾਸ ਕਰਕੇ ਵਿਕਟ ਲੈਣ ਵਾਲੀ ਹੁੰਦੀ ਹੈ ਉਹ ਵੀ ਚੰਗੀ ਹੈ, ਜਿਵੇਂ ਵਸੀਮ ਅਕਰਮ ਕਰਦੇ ਸਨ। ਉਹ ਕਹਿੰਦੇ ਨੇ ਕਿ ਭਾਰਤੀ ਪਿੱਚਾਂ ਦੀ ਗੱਲ ਕਰੀਏ ਤਾਂ ਜੇ ਤੁਸੀਂ ਸੱਜੇ ਅਤੇ ਖੱਬੇ ਹੱਥ ਦੇ ਕੰਬੀਨੇਸ਼ਨ 'ਚ ਖੇਡਣਾ ਚਾਹੁੰਦੇ ਹੋ ਤਾਂ ਤੁਸੀਂ ਤਿੰਨੇ ਸੱਜੇ ਹੱਥ ਦੇ ਗੇਂਦਬਾਜ਼ਾਂ ਨਾਲ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਇੱਕ ਗੇਂਦਬਾਜ਼ ਖੱਬੇ ਹੱਥ ਦਾ ਵੀ ਹੋਣਾ ਚਾਹੀਦਾ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਅਰਸ਼ਦੀਪ ਨੂੰ ਕਿਸ ਚੀਜ਼ 'ਤੇ ਕੰਮ ਕਰਨ ਦੀ ਲੋੜ ਹੈ ਉਸ ਬਾਰੇ ਵੀ ਗੱਲ ਕਰ ਲੈਂਦੇ ਹਾਂ। ਸ਼ੇਖਰ ਲੂਥਰਾ ਮੰਨਦੇ ਨੇ ਕਿ ਅੱਜ ਦੀ ਕ੍ਰਿਕਟ ਆਲਰਾਊਂਡਰਾਂ ਵਾਲੀ ਖੇਡ ਹੈ ਜਿੱਥੇ ਟੌਪ ਦੇ ਬੱਲੇਬਾਜ਼ਾਂ ਨੂੰ ਵੀ ਚੰਗਾ ਫੀਲਡਰ ਹੋਣਾ ਪੈਂਦਾ ਹੈ ਅਤੇ ਗੇਂਦਬਾਜ਼ ਵੀ ਬੱਲੇਬਾਜ਼ੀ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਨੇ। ਇਸ ਲਈ ਉਹ ਮੰਨਦੇ ਨੇ ਕਿ ਅਰਸ਼ਦੀਪ ਨੂੰ ਵੀ ਆਪਣੀ ਬੱਲੇਬਾਜ਼ੀ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਲਈ ਉਹਨਾਂ ਨੂੰ ਮੌਕੇ ਵੀ ਦੇਣੇ ਪੈਣਗੇ। ਉਹ ਕਹਿੰਦੇ ਨੇ, ਬਿਨਾਂ ਬੱਲੇਬਾਜ਼ੀ ਤੁਸੀਂ ਕੁਝ ਦੇਰ ਤਾਂ ਅੱਗੇ ਜਾਓਗੇ, ਪਰ ਹੌਲੀ ਹੌਲੀ ਕ੍ਰਿਕਟ ਅਜਿਹੀ ਹੁੰਦੀ ਜਾ ਰਹੀ ਹੈ ਕਿ ਤੁਸੀਂ ਬਿਨਾਂ ਬੱਲੇਬਾਜ਼ੀ 'ਤੇ ਬਹੁਤ ਅੱਗੇ ਤੱਕ ਨਹੀਂ ਜਾ ਸਕਦੇ। ਇੱਥੇ ਦੱਸ ਦਈਏ ਕਿ ਕਪਤਾਨ ਰੋਹਿਤ ਸ਼ਰਮਾ ਨੇ ਵੀ ਏਸ਼ੀਆ ਕੱਪ ਦੀ ਟੀਮ ਦੇ ਐਲਾਨ ਵੇਲੇ ਕਿਹਾ ਹੈ ਕਿ ਟੀਮ ਨੂੰ ਅਜਿਹੇ ਬੱਲੇਬਾਜ਼ ਦੀ ਲੋੜ ਹੈ ਜੋ 8ਵੇਂ ਜਾਂ 9ਵੇਂ ਨੰਬਰ ਉੱਤੇ ਖੇਡ ਸਕੇ। ਇਸ ਦਾ ਮਤਲਬ ਹੈ ਕਿ ਟੀਮ ਨੂੰ ਅਜਿਹੇ ਖਿਡਾਰੀ ਦੀ ਲੋੜ ਹੈ ਜੋ ਗੇਂਦਬਾਜ਼ੀ ਦੇ ਨਾਲ ਨਾਲ ਚੰਗੀ ਬੱਲੇਬਾਜ਼ੀ ਵੀ ਕਰ ਸਕੇ।